ਲਾਪਰਵਾਹੀ ਤੋਂ ਕੇਸ ਆਏ ਦਿਨ ਦੇਖਣ ਨੂੰ ਮਿਲਦੇ ਹਨ ਜਿਸ ਵਿੱਚ ਲੋਕਾਂ ਨੂੰ ਨਿਆਇ ਨਹੀਂ ਮਿਲ ਪਾਉਂਦਾ। ਅਜਿਹਾ ਇੱਕ ਮਾਮਲਾ ਫਾਜ਼ਿਲਕਾ 'ਚ ਦੇਖਣ ਨੂੰ ਮਿਲਿਆ ਜਿੱਥੇ ਮਲਕੀਤ ਸਿੰਘ ਜੋ ਪਿੰਡ ਨੂਰ ਮੁਹੰਮਦ ਦਾ ਰਹਿਣ ਵਾਲਾ ਹੈ ਉਸਨੇ ਆਪਣੇ ਖੇਤ 'ਚ ਲੱਗੀ ਮੋਟਰ ਚੋਰੀ ਹੋਣ ਦੇ ਮਾਮਲੇ 'ਚ ਸਬੂਤਾਂ ਦੇ ਚਲਦੇ ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਪੁਲਿਸ ਦੇ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉੱਥੇ ਜਦੋਂ ਅਸੀਂ ਇਸ ਮਾਮਲੇ 'ਚ ਤਫ਼ਤੀਸ਼ ਕਰ ਰਹੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਐਸਪੀ ਵੱਲੋਂ ਸ਼ਿਕਾਇਤ ਮਾਰਕ ਹੋਈ ਹੈ ਅਤੇ ਅਜੇ ਇਸ ਮਾਮਲੇ ਦੀ ਤਫ਼ਤੀਸ਼ ਚੱਲ ਰਹੀ ਹੈ। ਅਸੀਂ ਪੂਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਬੰਦੀ ਕਾਰਵਾਈ ਕਰਾਂਗੇ। ਨਿਸ਼ਾਨ ਦੇ ਉੱਤੇ ਬੰਦੇ ਦੋਵਾਂ ਦੇ ਅਸੀਂ ਟੈਸਟ ਕਰਾਏ। ਉਹ ਇੱਕ ਬੰਦੇ ਦੇ ਜਿਹੜਾ ਜਿੰਦਾ ਅਸੀਂ ਨਾਮ ਰੱਖਦੇ ਸੀ ਤਰਸੇਮ ਦਾ, ਉਹਦੇ ਹੱਥ ਦੇ ਨਿਸ਼ਾਨ ਆ ਗਏ। ਦੂਜੇ ਦੇ ਉਹਦੇ ਕੋਈ ਨਿਸ਼ਾਨ ਨਹੀਂ ਆਇਆ। ਉੱਥੇ ਪੰਚਾਇਤ ਦੇ ਸਾਈਨ ਹੋ ਗਏ ਵੀ ਠੀਕ, ਚੋਰ ਇਹ ਹੈ। ਪੰਚਾਇਤ ਨਾਲ ਗਈ ਸੀ, ਪੰਚਾਇਤ ਨੇ ਸਾਈਨ ਕਰਤੇ ਵੀ ਚੋਰ ਤੁਹਾਡਾ ਪੱਕਾ ਹੀ ਹੈ। ਉਸ ਤੋਂ ਬਾਅਦ ਅਸੀਂ ਥਾਣੇ ਚਲੇ ਗਏ, ਥਾਣੇ ਵਾਲਿਆਂ ਨਾਲ ਉਹਨਾਂ ਨੂੰ ਸਾਰੀ ਰਿਪੋਰਟ ਲਿਖਾਈ। ਉਹਨਾਂ ਨੇ 3 ਮਹੀਨੇ ਹੋ ਗਏ ਸਾਨੂੰ ਧੱਕੇ ਖਾਂਦਿਆਂ ਨੂੰ, ਉਹਨਾਂ ਸਾਡੀ ਕੋਈ ਅਰਜ਼ੀ ਨਹੀਂ ਸੁਣੀ। ਅਸੀਂ ਭੇਜਾਂਗੇ ਚੈਕਿੰਗ ਵਾਸਤੇ ਅੱਗੇ, ਫਿੰਗਰਪ੍ਰਿੰਟਾਂ ਜਾਣ ਦਿਖਾਂਗੇ, ਜੋ ਵੀ ਹੋਵੇਗਾ ਫਿੰਗਰਪ੍ਰਿੰਟ ਵੇਖ ਲਾਂਗੇ, ਚੈੱਕ ਕਰਾਂਗੇ ਕੀ ਗੱਲਬਾਤ। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ 2।